ਅਸਲਾਮੁਆਲੇਕਮ ਹਾਂਜੀ ਭਰਾਵੋ ਜੀ ਕੀ ਹਾਲ ਚਾਲ ਕਿੱਦਾਂ ਹੋ ਸਾਰੇ ਵਧੀਆ ਹੋ ਫਿਟ ਫਾਟ ਜਿਹੜੇ ਭਰਾ ਨਹੀਂ ਠੀਕ ਰੋਜ਼ਿਆਂ ਦੇ صدਕੇ ਅੱਲਾਹ ਤਾਲਾ ਉਹਨਾਂ ਨੂੰ ਵੀ ਸਿਹਤ ਤੰਦਰੁਸਤੀ عطا ਫਰਮਾਵੇ ਅੱਜ ਮੈਂ ਤੁਹਾਨੂੰ ਦਿਖਾਣਾ ਇੱਕ ਬਲੈਕ ਗ੍ਰੇਨਾਈਟ ਦੀ ਵੈਂਟੀ ਵੈਂਟੀਆਂ ਅੱਗੇ ਮੈਂ ਇੱਕ ਦਫ਼ਾ ਵੀਡੀਓ ਬਣਾਈ ਆ ਵੈਂਟੀਆਂ ਦੇ ਵੀ ਅੱਜ ਹੈਗੀ ਸੀ ਬਲੈਕ ਗ੍ਰੇਨਾਈਟ ਦੀ ਵੈਂਟੀ ਅੱਗੇ ਜਿਹੜੀਆਂ ਮੈਂ ਤੁਹਾਨੂੰ ਵੀਡੀਓ ਦਿਖਾਈਆਂ ਮੇਰੇ ਦੇਖਣ ਚੈੱਕ ਹੈਗੀ ਸੀ ਬਰੋਨਾ ਦੀ ਇੱਕ ਹੈਗੀ ਸੀ ਸਟਾਰ ਦਾਇਵਰੇ ਦੀ ਤੁਹਾਨੂੰ ਵੀਡੀਓ ਦਿਖਾਉਣ ਦਾ ਮਕਸਦ ਇਹ ਆ ਤੁਹਾਡੇ ਵਾਸਤੇ ਸਪੈਸ਼ਲ ਬਣਾਉਣਾ ਵਾ ਕਿ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਵਾਸ਼ਰੂਮ ਦੇ ਵਿੱਚ ਜਿਹੜੀ ਵੈਂਟੀ ਹੈ ਕਿਦਾਂ ਦੀ ਅੱਛੀ ਲੱਗਦੀ ਹੈ ਚੀਨੀ ਦੇ ਨਾਲ ਮੈਚਿੰਗ ਕਰਨ ਦੀ ਕਰਨੀ ਚਾਹੀਦੀ ਆ ਜਾਂ ਫਿਰ ਜਿਹੜੀ ਫਲੋਰ ਤੇ ਚੀਨੀ ਹੁੰਦੀ ਉਹਦੇ ਨਾਲ ਮੈਚਿੰਗ ਕਰਨੀ ਚਾਹੀਦੀ ਹੈ ਅੱਗੇ ਤੁਹਾਨੂੰ ਮੈਂ ਉੱਪਰ ਬੱਠਰ ਰੱਖ ਕੇ ਦਿਖਾਂਦਾ ਸੀਗਾ ਅੱਜ ਮੈਂ ਤੁਹਾਡੇ ਵਾਸਤੇ ਸਪੈਸ਼ਲ ਉੱਤੇ ਵੈਂਟੀ ਮੰਗਵਾਈ ਆ ਉਹ ਤੁਹਾਨੂੰ ਰੱਖ ਕੇ ਦਿਖਾਣੇ ਆ ਉਹ ਤੁਹਾਨੂੰ ਇੱਕ ਖਾਸ ਆਈਡੀਆ ਹੋ ਜਾਏਗਾ ਇਨਸ਼ਾਅੱਲਾ ਉਮੀਦ ਆ ਕਿ ਅੱਜ ਵਾਲੀ ਜਿਹੜੀ ਵੈਂਟੀ ਆ ਉਹ ਤੁਹਾਨੂੰ ਪਸੰਦ ਆਏਗੀ ਆ ਦੇਖੋ ਇਹ ਨੀਚੇ ਵਾਲੀ ਬੈਂਟੀ ਤਿਆਰ ਹੋ ਗਈ ਇਹ ਨੂੰ نیچے ਲਟਕ ਲਈ ਹੋਈ ਆ ਇਹਨੂੰ ਲਟਕ ਗੋਲਾ ਕਹਿੰਦੇ ਆ ਇਹ ਲੱਗਾ ਹੋਇਆ 3 3 ਇੰਚ نیچے ਇਹਦੇ ਵਿੱਚ ਵਾਈਟ ਪੀਸ ਵੀ ਲੱਗ ਸਕਦਾ ਵਾਈਟ ਤੋਂ ਮਰਾਦ ਇਹ ਐਦਾਂ ਵੀ ਤਿਆਰ ਹੋ ਸਕਦਾ ਵਾਈਟ ਲਾਈਨ ਵੀ ਲੱਗ ਜਾਂਦੀ ਆ ਇਹ ਚੀਜ਼ ਹੈਗੀ ਆ ਸਾਦਾ ਬਿਲਕੁਲ ਸਾਦਾ ਵੀ ਤਿਆਰ ਹੋ ਜਾਂਦਾ ਠੀਕ ਆ ਆਹ ਸਾਈਡ ਇਹਦੀ ਤੇ ਆਹ ਪਿਛਲੀ ਸਾਈਡ ਦੀਵਾਰ ਦੇ ਨਾਲ ਆਣੀ ਸੀ ਇਸ وجہ ਤੋਂ ਇਹਨਾਂ ਦੋਨਾਂ ਸਾਈਡਾਂ ਦੇ ਆ ਨੀਚੇ ਜਿਹੜਾ ਪੀਸ ਲਾਇਆ ਵਾ ਇਹ ਨਹੀਂ ਅਸੀਂ ਲਾਇਆ। ਦੀਵਾਰ ਦੇ ਨਾਲ ਲੱਗ ਜਾਣਾ ਸੀ ਲਾਂਦੇ ਨਾਲ ਆਂਦੇ ਪੈਸੇਜ਼ ਆਇਆ ਸੀਗੇ। ਇਸ ਵਜ੍ਹਾ ਤੋਂ ਉਧਰ ਪੀਸ ਨਹੀਂ ਲਾਇਆ। ਠੀਕ ਆ। ਹੁਣ ਇਹਦੀ ਆਪਾਂ ਅਗਰ ਲੰਬਾਈ ਚੜਾਈ ਤੇ ਗੱਲ ਕਰੀਏ ਉਹ ਤੁਹਾਨੂੰ ਇੱਕ ਅੰਦਾਜ਼ਾ ਦੱਸ ਦਿੰਨਾ ਵਾ। ਅੰਦਾਜ਼ਾ ਨਹੀਂ ਕਨਫਰਮ ਹੀ ਆ। ਇੱਥੇ ਜਿਹੜੀ ਇਹਦੀ ਚੜਾਈ ਹੈਗੀ 2 ਫੁੱਟ ਆ ਇਧਰੋਂ ਆ ਇਹਨੂੰ। ਜਿੰਨੀ ਆਮ ਹੁੰਦੀ ਹੈ ਚੜਾਈ ਉੰਨੀ ਆ। ਲੰਬਾਈ ਤਕਰੀਬਨ ਹਰ ਵੈਂਟੀ ਦੇ 19 ਵੀ 19 ਵੀ ਫਰਕ ਹੁੰਦਾ ਵਾ। ਐਂਦੀ ਹੈਗੀ ਆ 39 ਇੰਚ। ਸਾਢੇ 3 ਫੁੱਟ ਦੇ ਵਿੱਚ ਹੁੰਦੇ ਆ 42 ਇੰਚ ਇਹ ਹੈਗੀ ਆ 39 ਇੰਚ ਸਾਢੇ 3 ਫੁੱਟ ਤੋਂ 3 ਇੰਚ ਘਾਟਵਾ ਠੀਕ ਹੈ ਇਸ ਤੋਂ ਘਾਟ ਵੀ ਸਕਦੀ ਆ ਇਸ ਤੋਂ ਵਧ ਵੀ ਸਕਦੀ ਆ ਅਗਰ ਆਪਣਾ ਵਾਸ਼ਰੂਮ ਵੱਡਾ ਵਾ ਜ਼ਿਆਦਾ ਖੁੱਲਾ ਵਾ ਆਪਾਂ ਇਹਨੂੰ ਕਰ ਸਕਦੇ ਹਾਂ ਸਾਢੇ 3 ਫੁੱਟ ਵੀ ਕਰ ਸਕਦੇ ਹਾਂ 4 ਫੁੱਟ ਵੀ ਕਰ ਸਕਦੇ ਹਾਂ ਅਗਰ ਆਪਣਾ ਵਾਸ਼ਰੂਮ ਚ ਸ਼ਹਿਰਾਂ ਤੇ ਤਕਰੀਬਨ 5 ਮਰਲੇ ਦੇ ਘਰ ਚ ਵਾਸ਼ਰੂਮ ਤਕਰੀਬਨ ਨਾਰਮਲ ਹੁੰਦੇ ਹੋਏ ਨਾਰਮਲ ਹੁੰਦੇ ਆ ਉਹਨਾਂ ਚ ਆਪਾਂ ਤਕਰੀਬਨ ਕੋਈ 35 36 ਇੰਚ ਵੀ ਕਰ ਸਕਦੇ ਆ ਠੀਕ ਹੈ ਉਹ ਫਿਰ ਛੋਟੀ ਹੋ ਜਾਏਗੀ ਇਸਤੇਮਾਲ ਕਦੇ ਵਾਸੇ ਕਰਨੀ ਹੈ ਵਜ਼ੂਅ ਵਾਸੇ ਜਾਂ ਬੰਦਾ ਫੇਸ ਵਾਸ਼ ਕਰਨਾ ਇੱਥੇ ਕਿਹੜਾ ਇੱਥੇ ਕੱਪੜੇ ਧੋਣੇ ਹੁੰਦੇ ਆ ਬਰਤਨ ਧੋਣੇ ਹੁੰਦੇ ਜਿਹੜਾ ਬੰਦਾ ਵੱਡੀ ਬਣਾ ਪੀ ਠੀਕ ਆ ਦੇਖੋ ਹੁਣ ਆਪਾਂ ਇਹਦੀ ਗੱਲ ਕਰਦੇ ਆ ਉੱਪਰ ਅਸੀਂ ਲਿਆ ਕੇ ਰੱਖੀ ਅੱਗੇ ਇਹਦੀ ਜਗ੍ਹਾ ਤੇ ਬੱਠਾ ਰੱਖੀਦਾ ਸੀਗਾ ਅੱਜ ਬੱਠਾ ਥੱਲੇ ਪਿਆ ਵਾ ਵੈਂਡ ਤੇ ਲਿਆ ਕੇ ਰੱਖੀਏ ਤੁਹਾਨੂੰ ਬਿਹਤਰੀਨ ਅੰਦਾਜ਼ਾ ਹੋ ਰਿਹਾ ਵਾ ਅੱਜ ਤੁਹਾਨੂੰ ਜ਼ਿਆਦਾ ਬਿਹਤਰ ਸਮਝ ਆ ਸਕਦੀ ਹੈ ਅੱਗੇ ਪਾਸੇ ਇੱਕ ਅੰਦਾਜ਼ਾ ਹੁੰਦਾ ਸੀ ਬੱਠਾ ਨਾਲ ਪਤਾ ਨਹੀਂ ਸੀ ਚੱਲਦਾ ਕਿਹੜਾ ਕਲਰ ਉੱਪਰ ਰੱਖੀਏ ਕਿ ਬਲੈਕ ਦੇ ਵਾਈਟ ਦਾ ਕੰਬੀਨੇਸ਼ਨ ਚੈੱਕ ਕਰੋ ਵੀ ਆਈਪੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਹੁਣ ਆਏ ਤੁਹਾਨੂੰ ਮੈਂ ਦੱਸ ਦਾਵਾਂ ਇਹ ਜਿਹੜੀ ਵੈਂਟੀ ਆ ਨਾ ਇਹਦੇ ਆਪਾਂ ਉੱਪਰ ਰੱਖਣ ਵਾਲੀ ਵੀ ਲੈ ਸਕਦੇ ਆ ਇਹਦੇ ਆਪਾਂ ਵਿਚ ਰੱਖਣ ਵਾਲੀ ਵੀ ਲੈ ਸਕਦੇ ਆ ਉਹ ਵੀ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਵਾ ਅਗਰ ਆਪਾਂ ਇਹਨੂੰ ਉੱਤੇ ਰੱਖਣ ਵਾਲੀ ਨੂੰ ਲੈਣਾ ਵਾ ਤੇ ਆਪਾਂ ਨੂੰ ਇਹਦਾ ਸਾਈਜ਼ ਘਟਾਉਣਾ ਪੈਣਾ ਸਾਈਜ਼ ਸਮਰਾ ਦੇ ਦੀ ਹਾਈਟ ਆਪਾਂ ਨੂੰ ਘਟਾਣੀ ਪਏਗੀ ਅਗਰ ਇਹਨੂੰ ਆਪਾਂ ਉੱਪਰ ਰੱਖਣਾ ਵਾ ਤੇ ਇਹਦੇ ਆਪਾਂ ਨੂੰ ਹਾਈਟ ਘਟਾਣੀ ਪੈਣੀ ਆ ਆਮ ਰੂਟੀਨ ਦੇ ਵਿੱਚ ਜਿਹੜੀ ਵੈਂਟੀ ਹੁੰਦੀ ਆ ਵਾਸ਼ਰੂਮ ਦੇ ਵਿੱਚ ਇਸ ਸਮਾਲ ਹੁੰਦੀ ਆ ਤਕਰੀਬਨ ਹੁੰਦੀ ਹੈ 30 ਇੰਚ ਤੱਕ ਹੁੰਦੀ ਹੈ 30 31 ਇੰਚ ਤੱਕ ਵੈਂਟੀ ਦੀ ਹਾਈਟ ਹੁੰਦੀ ਹੈ ਫਰਸ਼ ਤੋਂ ਲੈ ਕੇ ਦੀਵਾਰ ਤੱਕ ਜਿੱਥੇ ਵੀ ਵੈਂਟੀ ਰੱਖਣੀ ਹੋਵੇ ਮੈਂ ਸ਼ਾਇਦ ਤੁਹਾਨੂੰ ਬਿਹਤਰ ਨਾ ਸਮਝਾ ਸਕਾਂ ਮੈਂ ਮਤਲਬ ਕਿ ਕੋਸ਼ਿਸ਼ ਮੇਰੀ ਪੂਰੀ ਹੈ ਤੁਹਾਨੂੰ ਮੈਂ ਅੱਛੀ ਤਰ੍ਹਾਂ ਐਕਸਪਲੇਨ ਕਰਾਂ ਐ ਜੀ ਜੇ ਆਪਾਂ ਉੱਪਰ ਰੱਖਣੀ ਆ ਫਿਰ ਆਪਾਂ ਨੂੰ ਇਹਦੀ ਹਾਈਟ ਥੋੜੀ ਰੱਖਣੀ ਪਵੇਗੀ ਅਗਰ ਆਪਾਂ ਇਹਨੂੰ ਇਹਦੇ ਵਿੱਚ ਫਿਕਸ ਕਰਨਾ ਵਾ ਗੁਲਾਈ ਕੱਢ ਕੇ ਇਹਦੇ ਵਿੱਚ ਅਗਰ ਆਪਾਂ ਲਾਣਾ ਵਾ ਫਿਰ ਆਪਾਂ ਨੂੰ ਹਾਈਟ ਨਾਰਮਲੀ ਰੱਖਣੀ ਪਵੇਗੀ ਤਕਰੀਬਨ 31 32 ਹੁੰਦੀ ਆ ਅਗਰ ਆਪਾਂ ਇਹਨੂੰ ਦੇ ਉੱਪਰ ਰੱਖੀਏ ਫਿਰ ਹਾਈਟ ਆਪਾਂ ਨੂੰ ਤਕਰੀਬਨ 4-5 ਇੰਚ ਹੋਰ ਥੱਲੇ ਨੀਵੇਂ ਰੱਖਣੀ ਪਏਗੀ। ਜ਼ਿਆਦਾ ਜਿਹੜੀ ਅੱਛੀ ਲੱਗਦੀ ਆ ਉਹ ਉੱਪਰ ਲੱਗਣ ਵਾਲੀ ਹੀ ਅੱਛੀ ਲੱਗਦੀ ਆ। ਅੱਜ ਕੱਲ ਲੋਕ ਉੱਪਰ ਰੱਖਣ ਵਾਲੀ ਵੀ ਚੱਲਦੀਆਂ ਨੇ ਤੇ ਵਿਚਾਲੀਆਂ ਵੀ ਚੱਲਦੀਆਂ ਲੇਕਿਨ ਜਿੱਥੇ ਤੱਕ ਮੇਰਾ ਅੰਦਾਜ਼ਾ ਆ ਜਾਂ ਮੈਂ ਜੱਜ ਕੀਤਾ ਵਾ ਉਹ ਉੱਪਰ ਰੱਖ ਜਿਹੜੀ ਰੱਖੀ ਹੋਵੇ ਨਾ ਉਹ ਜ਼ਿਆਦਾ ਅੱਛੀ ਲੱਗਦੀ ਆ। ਵਿਚਾਲੀ ਮੈਨੂੰ ਤਾਂ ਨਹੀਂ ਅੱਛੀ ਲੱਗਦੀ ਕਿਉਂਕਿ ਜਿਹੜਾ ਬੇਸਨ ਹੁੰਦਾ ਵਾ ਜਾਂ ਫਿਰ ਹੁੰਦਾ ਕਿਚਨ ਦੇ ਵਿੱਚ ਉਹ ਵੀ ਵਿੱਚ ਹੀ ਕਟਿੰਗ ਕਰਕੇ ਵਿੱਚ ਬੌਲ ਫਿਕਸ ਕੀਤਾ ਜਾਂਦਾ ਵਾ ਉਹਦੇ ਵਿੱਚ ਵੈਂਟੀ ਦੇ ਵਿੱਚ ਨਹੀਂ ਨਾ ਆਈਡੀਆ ਆ ਜਾਂਦਾ ਨਾ ਅਗਰ ਆਪਾਂ ਉੱਪਰ ਰੱਖੀਏ ਇਹ ਜ਼ਿਆਦਾ ਅੱਛੀ ਲੱਗੇ ਅਗਰ ਕੋਈ ਤੁਹਾਡੇ ਜ਼ਿਹਨ ਦੇ ਵਿੱਚ ਪੱਥਰ ਦੇ ਰਿਲੇਟਿਡ ਕੋਈ ਸਵਾਲ ਹੋਵੇ ਜਾਂ ਵੈਂਟੀ ਦੇ ਰਿਲੇਟਿਡ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਆ ਮੈਂ ਤਫਸੀਲਾਂ ਤੁਹਾਨੂੰ ਦੀ ਮੈਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਵੇ ਪੈਂਟੀ ਦੇ ਬਾਰੇ ਵਿੱਚ ਹੋ ਜਾਵੇ ਫਰਸ਼ ਦੇ ਬਾਰੇ ਵਿੱਚ ਹੋ ਜਾਵੇ ਸੀੜੀਆਂ ਦੇ ਬਾਰੇ ਚ ਹੋ ਜਾਵੇ ਕਿਚਨ ਦੇ ਬਾਰੇ ਜਿੰਦੇ ਬਾਰੇ ਚ ਮਰਜ਼ੀ ਮਤਲਬ ਕਿ ਮਾਰਬਲ ਦੇ ਰਿਲੇਟਿਡ ਹੀ ਹੋਵੇ ਜੇਕਰ ਹੁਣ ਤੁਸੀਂ ਪੁੱਛਣ ਲੱਗ ਜਾਵੇਂ ਨੀਆਂ ਦੇ ਵਿੱਚ ਅਵਲ ਏਟ ਲਾਈਏ ਦੋਮ ਲਾਈਏ ਤੇ ਉਹਦਾ ਨਹੀਂ ਮੈਨੂੰ ਪਤਾ ਚੱਲਣਾ ਮੇਰਾ ਕੰਮ ਮਾਰਬਲ ਦਾ ਇਹਦੇ ਬਾਰੇ ਤੁਹਾਨੂੰ ਮੈਂ ਬਿਹਤਰ ਸਮਝਾ ਸਕਦਾ ਮੇਰੀ ਇਹ ਵਾਲੀ ਵੀਡੀਓ ਨੂੰ ਖਾਸ ਕਰਕੇ ਤੁਹਾਡੇ ਵਾਸਤੇ ਬਣਾਈ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਤੇ ਇਦਾਂ ਦੇ ਵੈਂਟੀਆਂ ਵਾਸਤੇ ਜਾਂ ਉਹ ਮਾਰਬਲ ਦੇ ਆਈਡੀਆ ਵਾਸਤੇ ਘਰ ਦੇ ਵਿੱਚ ਮਾਰਬਲ ਕਿੱਦਾਂ ਦਾ ਲਗਵਾਉਣਾ ਚਾਹੀਦਾ ਕਿੱਦਾਂ ਦਾ ਨਹੀਂ ਤੇ ਵੈਂਟੀ ਕਿੱਦਾਂ ਦੀ ਲਗवानी ਚਾਹੀਦੀ ਕਿਦਾਂ ਦੀ ਨਹੀਂ ਆਈਸਾ-ਇਸਾ ਹੁਣ ਅੱਗੇ ਤੁਹਾਨੂੰ ਮੈਂ ਇਨਸ਼ਾਅੱਲਾ ਰੋਜ਼ੇ ਆ ਰਿਹਾ ਇੰਨਾ ਕੰਮ ਦਾ ਬਰڈن ਜ਼ਿਆਦਾ ਹੁੰਦਾ ਇਧਰੋਂ ਵੀ ਇਸ ਵਜ੍ਹਾ ਤੋਂ ਇੰਨੀ ਖਾਸ ਵੀਡੀਓ ਨਹੀਂ ਬਣਦੀ ਅੱਗੇ ਤੋਂ ਤੁਹਾਰਦੇ ਮੈਂ ਇਨਸ਼ਾਅੱਲਾ ਸੀੜੀਆਂ ਦੀ ਵੀ ਆਈਡੀਆ ਦੇ ਆ ਕਰਨਾ ਸੀੜੀ ਆਪਾਂ ਨੂੰ ਫਰੰਟ ਤੇ ਕਿਹੜਾ ਪੀਸ ਲਾਣਾ ਚਾਹੀਦਾ ਵਾ ਉੱਪਰ ਕਿਹੜਾ ਪੀਸ ਲਾਣਾ ਚਾਹੀਦਾ ਇਨਸ਼ਾਅੱਲਾ ਆਈਸਾ-ਇਸਾ ਸੀੜੀਆਂ ਸੀੜੀਆਂ ਤੋਂ ਬਾਅਦ ਕਿਚਨ ਡਿਟੇਲ ਦੇ ਨਾਲ ਵੀਡੀਓ ਬਣਾਵਾਂਗੇ ਤੁਹਾਨੂੰ ਇਦਾਂ ਜ਼ਿਆਦਾ ਸਮਝ ਆ ਜਾਏਗੀ ਠੀਕ ਹੈ